ਹਾਂਜੀ ਦੋਸਤੋ ਵਿਸ਼ਕਰਮਾ ਦੜਬਾ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਟਿੱਲੋ ਟ੍ਰੇਡਜ਼ ਪਿੰਡੀ ਢਿੱਲਵਾ ਜ਼ਿਲ੍ਹਾ ਸੰਗਰੂਰ ਜੀ ਤੇ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਸਟਾਰ ਰੀਪਰ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਬਹੁਤ ਹੀ ਸਟਾਰ ਰੀਪਰ ਖੜੇ ਨੇ ਹਰ ਪ੍ਰਕਾਰ ਦਾ ਕੰਪਨੀ ਦਾ ਸਟਾਰ ਰੀਪਰ ਹੈ ਉਹਨੂੰ ਮਿਲਣ ਵਾਲਾ ਹੈ ਤੇ ਦੋਸਤੋ ਟਿੱਲੋ ਟ੍ਰੇਡਜ਼ ਵੱਲੋਂ ਕੰਬੈਨ ਟਰੈਕਟਰ ਤੇ ਟਰਾਲੀ ਸੈਕੰਡ ਹੈਂਡ ਵੀ ਤੁਸੀਂ ਲੈਣਾ ਚਾਹੁੰਦੇ ਤਾਂ ਉਹ ਵੀ ਇਹਨਾਂ ਕੋਲੋਂ ਮਿਲ ਜਾਂਦੇ ਹੁੰਦੇ ਨੇ ਤੇ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਤੇ ਦੋਸਤੋ ਜਿਹੜੇ ਵੀ ਵੀਰ ਨਵੀਂ ਮਸ਼ੀਨ ਜਾਣਕਾਰੀ ਸਭ ਤੋਂ ਪਹਿਲਾਂ ਵਿਸ਼ਕਰਮਾ ਦਲਬਾ YouTube ਚੈਨਲ ਤੇ ਮਿਲਦੀ ਆ ਤੇ ਦੋਸਤੋ ਆਪਣੇ ਕੋਲ ਉਰੇ ਦੋ ਫਰਮਾਂ ਦੇ ਰੀਪਰ ਨੇ ਇੱਕ ਹੈਗੇ ਨੇ ਢਿੱਲੋ ਫਾਰਮ ਵਾਲੇ ਦੇ ਤੇ ਇੱਕ ਹੈਗੇ ਨੇ ਢਿੱਲੋ ਟਰੇਡਰਸ ਦੇ ਪਹਿਲਾ ਪਾਰਟੀ ਲੋਟੇਡਰਸ ਵਾਲਿਆਂ ਦੇ ਜਿਹੜੇ ਸਟਾਰ ਰੀਪਰ ਨੇ ਉਹਨਾਂ ਬਾਰੇ ਜਾਣਕਾਰੀ ਦਵਾਗੇ ਕੀ ਮਾਡਲ ਹੈ ਤੇ ਕੀ ਇਹਦੀ ਡਿਮਾਂਡ ਹੈ ਜਿਹੜੀ ਉਹ ਰੱਖੀ ਗਈ ਆ ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕੇਸ ਵਾਲਿਆਂ ਦਾ ਸਟਾਰ ਰੀਪਰ 19 ਮਾਡਲ ਹੈ ਜੀ ਡਿਮਾਂਡ ਰੱਖੀ ਗਈ ਹੈ 2 ਲੱਖ 5000 ਰੁਪਏ ਤੇ ਉਸ ਤੋਂ ਬਾਅਦ ਇੱਕ ਰੀਪਰ ਦੇ ਪਿੱਛੇ ਖੜਿਆ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹੁੰਦਾ ਉਹ ਹੈਗਾ ਨਿਊ ਵਿਸ਼ਕਰਮਾ ਵਾਲਿਆਂ ਦਾ 18 ਮਾਡਲ ਹੈ ਜੀ 1,95,000 ਦੀ ਜਿਹੜੀ ਡਿਮਾਂਡ ਹੈ ਉਹ ਰੱਖੀ ਗਈ ਆ ਠੀਕ ਹੈ ਤੇ ਬਾਕੀ ਦੋਸਤੋਂ ਮੈਂ ਰਿਪਰ ਦੀ ਗੱਲ ਕਰਾਂ ਜਿੰਨੇ ਵੀ ਤੁਸੀਂ ਰਿਪਰ ਦੇਖ ਰਹੇ ਹੋ ਸਾਰੇ ਬਿਲਕੁਲ ਸਾਫ਼ ਕੰਡੀਸ਼ਨ 'ਚ ਨੇ ਤੇ ਟਾਇਰ ਵੀ ਇਹਦੇ ਨਾਲ ਇਹਦੇ ਟਾਇਰ ਪਏ ਹੋਏ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਆਪਣਾ ਆ ਗਿਆ ਕੇਐਸ ਵਾਲਿਆਂ ਦਾ 756 ਡੀਵੀ ਸਟਾਰ ਦੇ ਉੱਪਰ 15 ਮਾਡਲ ਹੈ 1,55,000 ਡਿਮਾਂਡ ਹੈ ਬਾਕੀ ਦੋਸਤੋਂ ਤੁਸੀਂ ਜਿਹੜਾ ਰੇਟ ਹੈ ਉਹ ਮੌਕੇ ਤੇ ਜਿਹੜਾ ਉਹ ਘਟਵਾਤ ਹੋ ਜਾਂਦਾ ਹੁੰਦਾ ਠੀਕ ਹੈ ਤੇ ਇੱਕ ਵਾਰ ਤੁਸੀਂ ਜਿਹੜੇ ਰੇਟ ਐ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਸਾਰਿਆਂ ਦੇ ਇਹ ਹੈਗਾ ਲੈਂਡ ਫੋਰਸ ਵਾਲਿਆਂ ਦਾ ਸਟਾਰ ਰੀਪਰ 2020 ਮਾਡਲ ਨਮਾ ਰੀਪਰ ਪਿਆ ਜੀ ਸਾਰਾ ਠੀਕ ਹੈ ਜਿਹਨੂੰ ਆਪਾਂ ਬੂਸਾ ਮਸ਼ੀਨ ਵੀ ਕਹਿ ਦਿੰਦੇ ਹੁੰਨੇ ਆ ਇਹ ਹੈਗੀ ਹੈ 20 ਮਾਡਲ ਤੇ ਡਿਮਾਂਡ ਰੱਖੀ ਗਈ ਹੈ 2 ਲੱਖ 5000 ਰੁਪਏ ਦੀ ਜਿਹੜੀ ਡਿਮਾਂਡ ਹੈ ਇਸ ਰੀਪਰ ਦੀ ਆ ਲੈਂਡ ਫੋਰਸ ਵਾਲਿਆਂ ਦੀ ਤੇ ਦੋਸਤੋ ਹੁਣ ਆ ਗਿਆ ਜਗਜੀਤ ਵਾਲਿਆਂ ਦਾ ਸਟਾਰ ਰੀਪਰ ਜਗਜੀਤ ਦਾ ਜਿੱਦਾਂ ਵੀ ਆਪਾਂ ਦੇਖਦੇ ਆਂ ਵੀ ਸਟਾਰੀ ਪਰੇੜਾ ਬਹੁਤ ਵਧੀਆ ਹੁੰਦਾ ਇਹਨਾਂ ਦੇ ਇੱਕ ਪੇਂਟ ਪਾਊਡਰ ਕੋਟ ਪੇਂਟ ਨਾਲ ਤਿਆਰ ਹੁੰਦਾ ਤੇ ਇਹਦੀ ਹਰ ਇੱਕ ਚੀਜ਼ ਜਿੰਨੀ ਵੀ ਦੀ ਬੋਰਡਿੰਗ ਦੇ ਪਾਰਟ ਹੁੰਦੇ ਨੇ ਆਫਟਰ ਪੇਂਟ ਤੋਂ ਬਾਅਦ ਫਿੱਟ ਕੀਤੇ ਜਾਂਦੇ ਨੇ ਕੰਪਨੀ ਵੱਲੋਂ ਤੇ ਜਿਹੜਾ ਇਹ ਡਿਮਾਂਡ ਆਪਾਂ ਨੂੰ ਸਟਾਰੀ ਪਰੇ ਜਿਹੜਾ ਢਿੱਲੋ ਟਰੇਡਸ ਵੱਲੋਂ ਆ 21 ਮਾਡਲ 2021 ਮਾਡਲ 2,70,000 ਦਾ ਸਾਨੂੰ ਮਿਲਣ ਵਾਲਾ ਹੈ ਦੋਸਤੋ ਉਹ ਵੀ ਢਿੱਲੋ ਟਰੇਡਸ ਪਿੰਡ ਢਿੱਲਵਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੋ ਕਿ ਪੰਜਾਬ ਦੇ ਵਿੱਚ ਹੈ ਤੇ ਵੀਡੀਓ ਸੁਰੂ ਤੋਂ ਐਂਡ ਤੱਕ ਦੇਖਿਓ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਖਾਸ ਹੈ ਉਰੇ ਰੀਪਰ ਇੱਕ ਨਹੀਂ ਦੋ ਨਹੀਂ ਬਹੁਤ ਯਾਦ ਰੀਪਰ ਨੇ ਠੀਕ ਹੈ ਤੇ ਉਸ ਤੋਂ ਬਾਅਦ ਆ ਗਿਆ ਕੇਸ ਵਾਲਿਆਂ ਦਾ ਰੀਪਰ ਇਹ ਹੈਗਾ ਤੇਰਾ ਮਾਡਲ 1 ਲੱਖ 50 ਹਜ਼ਾਰ ਦਾ ਠੀਕ ਹੈ ਜੀ 1 ਲੱਖ 50 ਹਜ਼ਾਰ ਦਾ ਇਹਦਾ ਜਿਹੜੀ ਡਿਮਾਂਡ ਰੱਖੀ ਗਈ ਆ ਤੇ ਉਸ ਤੋਂ ਬਾਅਦ ਰਜਿੰਦਰਾ ਵਾਲਿਆਂ ਦਾ ਆ ਗਿਆ ਜੀ ਸਟਾਰ ਰੀਪਰ 12 ਮਾਡਲ ਹੈ 1 ਲੱਖ 25 ਹਜ਼ਾਰ ਦੀ ਡਿਮਾਂਡ ਹੈ ਜੀ ਠੀਕ ਹੈ ਤੇ ਨਿਊ ਵਿਸ਼ਕਰਮਾਂ ਵਾਲਿਆਂ ਦਾ ਆ ਗਿਆ 10 ਮਾਡਲ ਹੈ ਜੀ 1,115,000 ਰੁਪਏ ਦੀ ਡਿਮਾਂਡ ਹੈ ਜੋ ਦੋਸਤੋ ਟਿੱਲੋ ਟ੍ਰੇਡਰਸ ਵੱਲੋਂ ਤੁਸੀਂ ਇਹ ਸਟਾਰ ਰੀਪਰ ਨੇੜੇ ਲੈ ਸਕਦੇ ਹੋ ਤੇ ਬਾਕੀ ਇਕਲ ਹੋਰੇ ਸਾਰੇ ਸਟਾਰ ਰੀਪਰ ਬਹੁਤ ਹੀ ਸਾਫ਼ ਕੰਡੀਸ਼ਨ ਨੇ ਜਿੰਨੇ ਵੀ ਇਹਨਾਂ ਦੇ ਵਿੱਚ ਰੀਪਰ ਖੜੇ ਨੇ ਸਾਰੇ ਇੱਕ ਵਰਕਿੰਗ ਵਰਕਿੰਗ ਕੰਡੀਸ਼ਨ 'ਚ ਨੇ ਠੀਕ ਹੈ ਇਹ ਆ ਗਿਆ 2012 ਮਾਡਲ ਕੇਸ ਵਾਲਿਆਂ ਦਾ 756 ਡੀਵੀ 1,35,000 ਰੁਪਏ ਦੀ ਜਿਹੜੀ ਡਿਮਾਂਡ ਰੱਖੀ ਗਈ ਆ ਤੇ ਦੋਸਤੋ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਟਿੱਲੋ ਟਰੇਡਰਸ ਵੱਲੋਂ ਸੈਕੰਡ ਹੈਡ ਕਮੈਨ ਲੈਣਾ ਚਾਹੁੰਦੇ ਤੁਸੀਂ ਜੇ ਕੋਈ ਕਮੈਨ ਦੇ ਫੈਨ ਉਹ ਵੀ ਕਮੈਨ ਲੈਣੀ ਆ ਟੌਲੀ ਲੈਣੀ ਆ ਟਰੈਕਟਰ ਲੈਣਾ ਤਾਂ ਤੁਹਾਨੂੰ ਉਹ ਵੀ ਇੰਪਲੀਮੈਂਟਡ ਤੁਹਾਨੂੰ ਇਹਨਾਂ ਕੋਲੋਂ ਮਿਲ ਜੂਗਾ ਜੀ ਤੇ ਆ ਗਿਆ ਜੀ ਰਜਿੰਦਰਾ ਦਾ ਸਟਾਰ ਰਿਪਰ ਤੇਰਾ ਮਾਡਲ ਹੈ 130000 ਰੁਪਏ ਦੀ ਡਿਮਾਂਡ ਹੈ ਤੇ ਬਾਕੀ ਦੋਸਤੋ ਮੌਕੇ ਤੇ ਜਿਹੜਾ ਕਟਵਾਦ ਹੋ ਜਾਂਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਸਵੰਤ ਵਾਲਿਆਂ ਦਾ ਜੀ ਤੁਸੀਂ ਦੇਖ ਰਹੇ ਹੋ ਮਾਡਲ 2010 ਰੇਟ ਰੱਖਿਆ ਗਿਆ ਦੋਸਤੋ 85000 ਬਾਕੀ ਕਿਸਾਨ ਵੀਰ ਜਿਹੜਾ ਲੈਣਾ ਹੋਊਗਾ ਤਾਂ ਉਹ ਮੌਕੇ ਤੇ ਬਾਈ ਜੀ ਕਹਿੰਦੇ ਅਸੀਂ ਕਰ ਲਾਂਗੇ ਤੁਸੀਂ ਇੱਕ ਵਾਰ ਸਾਡਾ ਕੰਟੈਕਟ ਨੰਬਰ ਨੇ ਜਿਹਨਾਂ ਦੇ ਜਿਹੜੇ ਢਿੱਲੋ ট্রেਡਰਸ ਦੇ ਉਹ ਤੁਹਾਨੂੰ ਵੀਡੀਓ ਦੇ ਨੀਚੇ ਦਿੱਤੇ ਹੋਏ ਨੇ ਤੁਸੀਂ ਇਹਨਾਂ ਨਾਲ ਜਰੂਰ ਵਾਪਸ ਸੰਪਰਕ ਕਰੋ ਕਾਲ ਕਰਕੇ ਪੁੱਛ ਸਕਦੇ ਹੋ ਕੋਈ ਵੀ ਆਪਣਾ ਸਵਾਲ ਜਵਾਬ ਲੈਣਾ ਚਾਹੁੰਦੇ ਹੋ ਤਾਂ ਟੋ ਟ੍ਰੇਡਰਸ ਦੇ ਨੰਬਰ ਨੇ ਉਹ ਵੀਡੀਓ ਦੇ ਨੀਚੇ ਦਿੱਤੇ ਹੋਏ ਨੇ ਇਹਨੂੰ ਕੌਨਨ ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਸਟਾਰ ਰਿਪਰ ਪਤਾ ਕਰ ਸਕਦੇ ਹੋ ਤੇ ਇੱਕ ਗੱਲ ਦੋਸਤ ਮੈਂ ਹੋਰ ਕਹਿਣਾ ਚਾਹੁੰਨਾ ਵੀ ਕਈ ਵਾਰ ਇਹ ਸਟਾਕ ਸੇਲ ਹੋ ਜਾਂਦਾ ਤਾਂ ਇਹਨਾਂ ਕੋਲ ਸਟਾਕ ਹੋਰ ਵੀ ਆ ਜਾਂਦਾ ਹੈ ਉਹ ਵੀ ਬਹੁਤ ਘੱਟ ਰੇਟ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਇਹ ਸਟਾਰ ਰਿਪਰ ਜਿਹੜਾ ਵੀ 85000 ਤੋਂ ਸਟਾਰਟ ਹੁੰਦੇ ਨੇ ਜਾਂ 90000 ਤੋਂ ਸਟਾਰਟ ਹੁੰਦੇ ਨੇ ਇਹਨਾਂ ਲੋ ਲੋ ਬੋਲੋ ਦੋਸਤੋ 50 60 70000 ਤੋਂ ਵੀ ਸਟਾਰਟ ਹੋ ਜਾਂਦਾ ਰਿਪਰ ਉਹ ਕੰਡੀਸ਼ਨ ਦੇ ਹਿਸਾਬ ਨਾਲ ਹੁੰਦਾ ਹੈ ਮਾਡਲ ਦੇ ਹਿਸਾਬ ਨਾਲ ਹੁੰਦਾ ਹੈ ਤੇ ਬਾਕੀ ਆ ਗਿਆ ਚਾਨੀ ਵਾਲਿਆਂ ਦਾ ਸਟਾਰੀਪਰ ਜਿਹੜਾ 16 ਮਾਡਲ ਹੈ 1,75,000 ਦੀ ਡਿਮਾਂਡ ਹੈ ਜਿਹੜੀ ਰੱਖੀ ਗਈ ਆ ਠੀਕ ਹੈ ਤੇ ਦੋਸਤੋ ਜਿੱਦਾਂ ਆਪਾਂ ਸਟਾਰਟਿੰਗ ਤੋਂ ਗੱਲ ਕਹੀ ਸੀ ਵੀ ਉਰੇ ਆਪਣੇ ਲਵੇ ਦੋ ਫਰਮਾਂ ਦੇ ਜਿਹੜੇ ਸਟਾਰੀਪਰ ਨੇ ਇੱਕ ਨੇ ਢਿੱਲੋ ਟਰੇਡਰਸ ਦੇ ਤੇ ਇੱਕ ਨੇ ਢਿੱਲੋ ਫਾਰਮ ਵਾਲਿਆਂ ਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਢਿੱਲੋ ਫਾਰਮ ਵਾਲਿਆਂ ਦੇ ਤੇ ਦੋਸਤੋ ਢਿੱਲੋ ਫਾਰਮ ਵਾਲੇ ਦੇ ਨੰਬਰ ਵੀ ਤੁਹਾਨੂੰ ਵੀਡੀਓ ਦੇ ਨੀਚੇ ਦਿੱਤੇ ਹੋਏ ਨੇ ਇਹਨਾਂ ਨਾਲ ਤੁਸੀਂ ਜਿਹੜੇ ਮੈਂ ਹੁਣ ਰਿਪਰ ਦਿਖਾਉਣ ਚੱਲੇ ਆ ਇਹਨਾਂ ਨਾਲ ਉਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਵੇਂ ਕਿ ਦਸ਼ਮੇਸ਼ ਵਾਲਿਆਂ ਦਾ ਆ ਗਿਆ ਜੀ 14 ਮਾਡਲ ਹੈ 1,20,000 ਰੁਪਏ ਦੀ ਡਿਮਾਂਡ ਰੱਖੀ ਗਈ ਆ ਤੇ ਉਸ ਤੋਂ ਬਾਅਦ KS 756 13 ਮਾਡਲ ਹੈ 1,40,000 ਡਿਮਾਂਡ ਰੱਖੀ ਗਈ ਹੈ ਜੀ ਤੇ ਦੋਸਤੋ ਢਿੱਲੋ ਟਰੇਡਰਸ ਵੱਲੋਂ ਆ ਢਿੱਲੋ ਫਾਰਮ ਵੱਲੋਂ ਵੀ ਇਹਨਾਂ ਵੱਲੋਂ ਵੀ ਜਿਹੜੇ ਤੁਸੀਂ ਕੰਬਾਈਨ ਟਰੈਕਟਰ ਸਟਾਰ ਰੀਪਰ ਟਰਾਲੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਇਸ ਉਰੇ ਆ ਕੇ ਤੁਸੀਂ ਲੈ ਸਕਦੇ ਹੋ ਪਿੰਡੀ ਢਿੱਲਵਾ ਜ਼ਿਲ੍ਹਾ ਸੰਗਰੂਰ ਪੰਜਾਬ ਦੇ ਵਿੱਚ ਜੀ ਜੋ ਲੋਂਗੋਵਾਲ ਦੇ ਵਿੱਚ ਪੈਂਦਾ ਤੇ ਬਾਕੀ ਆ ਗਿਆ ਕੇਸ ਵਾਲਿਆਂ ਦਾ ਸੱਤ ਮਾਡਲ ਹੈ ਜੀ 1,05,000 ਰੁਪਏ ਡਿਮਾਂਡ ਹੈ ਤੇ ਦੋਸਤੋ ਬਾਕੀ 5-10,000 ਰੁਪਏ ਡਿਮਾਂਡ ਲੈਸ ਹੈ ਉਹ ਮੌਕੇ ਤੇ ਹੋਰ ਹੋ ਜਾਊਗਾ ਤੁਸੀਂ ਜਦੋਂ ਲੈਣ ਆਓਗੇ ਤਾਂ ਬਾਈ ਜੀ ਨਾਲ ਉਹ ਠੀਕ ਹੈ ਘੱਟਵਾਦ ਕਰ ਲਾਂਗੇ ਬਾਈ ਜੀ ਕਹਿੰਦੇ ਕੋਈ ਗੱਲ ਨਹੀਂ ਇੱਕ ਵਾਰ ਕਿਸਾਨ ਆਉਣ ਦੇ ਤਾਂ ਆਪਾਂ ਉਹਨਾਂ ਨਾਲ ਜਿਹੜਾ ਘੱਟਵਾਦ ਉਹ ਕਰ ਲਾਂਗੇ ਤੇ ਬਾਕੀ ਆ ਗਿਆ ਚਾਨੀ ਵਾਲਿਆਂ ਦਾ 15 ਮਾਡਲ 1,75,000 ਰੁਪਏ ਦਾ ਕੰਡੀਸ਼ਨ ਬਿਲਕੁਲ ਸਾਫ਼ ਹੈ ਦੋਸਤੋ ਪੇਂਟ ਵਧੀਆ ਪਿਆ ਸਾਰਾ ਟਾਇਰ ਵਧੀਆ ਪਏ ਨੇ ਸਾਰੇ ਤੇ ਚਾਨੀ ਵਾਲੇ ਦੇ ਸਟਾਰੀ ਪਰ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਵੀ ਇਹਦੇ ਵਿੱਚ ਦੋ ਆਪਸ਼ਨ ਹੁੰਦੇ ਨੇ ਕਿ ਇਹ ਇੱਕ ਨਾਲੇ ਤਾਂ ਇਹ ਚੌਪੜ ਦਾ ਕੰਮ ਕਰਦਾ ਤੇ ਨਾਲੇ ਇਹ ਸਟਾਰ ਸਟਾਰੀ ਪਰ ਦਾ ਕੰਮ ਕਰਦਾ ਬੂਸ਼ਾ ਕੱਢਣ ਦਾ ਕੰਮ ਕਰਦਾ ਬੂਸ਼ਾ ਮਸ਼ੀਨ ਦਾ ਕਿਉਂਕਿ ਇਹਦੇ ਵਿੱਚ ਜਿਹੜੀ ਪੱਖੇ ਦੀ ਕਿੱਟ ਹੈ ਉਹ ਅਲੱਗ ਹੁੰਦੀ ਆ ਤੇ ਉਹ ਵੀ ਤੁਹਾਨੂੰ ਜਿਹੜੀ ਨਾਲ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਰਜਿੰਦਰਾ 750 ਜੋ ਕਿ ਨਵ ਮਾਡਲ ਹੈ ਜੀ 1 ਲੱਖ 10 ਹਜ਼ਾਰ ਦਾ ਤੁਸੀਂ ਦੇਖ ਸਕਦੇ ਆ ਬਿਲਕੁਲ ਸਾਫ ਕੰਡੀਸ਼ਨ ਚ ਪਿਆ ਹੈ ਪੇਂਟ ਪੂਰ ਵਧੀਆ ਕਰਿਆ ਹੋਇਆ ਹੈ ਸਾਰਾ ਠੀਕ ਹੈ ਤੇ ਵਧੀਆ ਟਾਇਰ ਪਏ ਨੇ ਸਾਰੇ ਬਾਕੀ ਕੇਐਸ ਵਾਲਿਆਂ ਦਾ ਆ ਗਿਆ ਸਟਾਰੀ ਪਰ ਇਹ ਦੋਸਤੋ ਜਿਹੜੇ ਆਪਾਂ ਤੁਹਾਨੂੰ ਸਟਾਰੀ ਪਰ ਦਿਖਾਉਣ ਲੱਗਿਆ ਸਾਰੇ ਆ ਲੈਣ ਵਾਲੇ ਇਹ ਸਾਰੇ ਢਿੱਲੋ ਫਾਰਮ ਵਾਲੇ ਲੈਂਦੇ ਨੇ ਢਿੱਲੋ ਫਾਰਮ ਵਾਲੇ ਦੇ ਨੰਬਰ ਤੁਹਾਨੂੰ ਸਪੈਸ਼ਲ ਹੇਠੇ ਦਿੱਤੇ ਗਏ ਨੇ ਤੇ ਆਪਾਂ ਜਿਹੜੇ ਪਹਿਲਾਂ ਰਿਵਿਊ ਕੀਤਾ ਸੀ ਪਹਿਲਾਂ ਰੀਪਰ ਦਿਖਾਇਆ ਸੀ ਉਹ ਢਿੱਲੋ ਰੈਂਡਰਸ ਦੀ ਨੰਬਰ ਸੀ ਤੇ ਉਹ ਵੀਡੀਓ ਦੇ ਉੱਪਰ ਨਿچے ਹੋਏ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਢਿੱਲੋ ਫਾਰਮ ਵਾਲੇ ਦੇ ਕੰਟੈਕਟ ਨੰਬਰ ਨੇ ਇਹਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਹੈਗਾ 12 ਮਾਡਲ 1,20,000 ਰੁਪਏ ਇਹਦੀ ਡਿਮਾਂਡ ਹੈ ਜਿਹੜੀ ਰੱਖੀ ਗਈ ਆ ਕੇਐਸ ਵਾਲਿਆਂ ਦਾ ਠੀਕ ਹੈ ਉਸ ਤੋਂ ਬਾਅਦ ਚਾਨੀ ਵਾਲਾ ਫੇਰ ਆ ਗਿਆ ਜੀ 2016 ਮਾਡਲ ਹੈ ਜੀ ਇਹ ਜੋ ਕਿ 1,80,000 ਰੁਪਏ ਦਾ ਤੁਹਾਨੂੰ ਇਹ ਸਟਾਰੀ ਪਰ ਉਹ ਮਿਲ ਜਾਣਾ ਤੇ ਦੋਸਤੋ ਟਿੱਲੋ ਟ੍ਰੇਡਸ ਤੇ ਟਿੱਲੋ ਫਾਰਮ ਵੱਲੋਂ ਹਰ ਪ੍ਰਕਾਰ ਦੇ ਪੇਮੈਂਟ ਜਿਹੜੇ ਕਿਸਾਨ ਵੀ ਲੈ ਸਕਦਾ ਹੈ ਕੰਬੈਨ ਲੈਣਾ ਚਾਹੁੰਦਾ ਹੈ ਸੈਕੰਡ ਹੈਂਡ ਤਾਂ ਸੈਕੰਡ ਹੈਂਡ ਕੰਬੈਨ ਲੈ ਸਕਦਾ ਟਰੈਕਟਰ ਲੈਣਾ ਚਾਹੁੰਦਾ ਤਾਂ ਟਰੈਕਟਰ ਲੈ ਸਕਦਾ ਟਰਾਲੀ ਲੈਣਾ ਚਾਹੁੰਦਾ ਤਾਂ ਟਰਾਲੀ ਲੈ ਸਕਦਾ ਤੇ ਬਾਕੀ ਇਹਨਾਂ ਵੱਲੋਂ ਹਰ ਇੱਕ ਇਹਨਾਂ ਵੱਲੋਂ ਤੁਸੀਂ ਆਪਣਾ ਜਿ ਕੋਈ ਸਟਾਰ ਰਿਪਰ ਕਟਾਉਣਾ ਚਾਹੁੰਦੇ ਹੋ ਤਾਂ ਉਹ ਵੀ ਇਹ ਕੱਟ ਲੈਂਦੇ ਹੁੰਦੇ ਨੇ ਉਹ ਨਾਲ ਤੁਸੀਂ ਐਡਜਸਟ ਕਰ ਸਕਦੇ ਹੋ ਜੇ ਵੀ ਕੋਈ ਸੀ ਉੱਚਾ ਮਾਡਲ ਲੈਣਾ ਚਾਹੁੰਦਾ ਉੱਚਾ ਮਾਡਲ ਲੈ ਸਕਦੇ ਹੋ ਤੇ ਕੋਈ ਹੋਰ ਕੰਪਨੀ ਦਾ ਲੈਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਕਿਸਾਨ ਵੀਰੋ ਢਿੱਲੋ ট্রেਡਸ ਤੇ ਢਿੱਲੋ ਫਾਰਮ ਵਾਲੇ ਦੇ ਨੰਬਰ ਨੇ ਤੁਹਾਨੂੰ ਉਹ ਵੀਡੀਓ ਦੇ ਨੀਚੇ ਮਿਲ ਜਾਣਗੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਆਪਣੇ ਸਟਾਰ ਰਿਪ ਪਰ ਜਿਹੜਾ ਸਟਾਰ ਰਿਪ ਹਾਰਵੈਸਟਰ ਕੰਬੈਨ ਹੈ ਟ੍ਰੈਕਟਰ ਹੈ ਟਰਾਲੀ ਹੈ ਲੈਣਾ ਚਾਹੋ ਨੇ ਤਾਂ ਉਹ ਲੈ ਸਕਦੇ ਹੋ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੇ ਨਵੇਂ ਆ ਰਹੇ ਮਸ਼ੀਨਾਂ ਦੀ ਜਾਣਕਾਰੀ ਲਈ ਵਿਸ਼ਕਰਮਾ ਦੜਬਾ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ